ਦੇਖੋ ਜੀ, ਹਰ ਪਾਰਟੀ ਨੂੰ ਹੱਕ ਹੈ ਜਿਹਨੂੰ ਮਰਜ਼ੀ ਖੜਾ ਕਰਨ, ਪਰ ਜਿੱਥੋਂ ਤੱਕ ਸਵਾਲ ਕਲਾਕਾਰਾਂ ਦਾ, ਬਹੁਤ ਸਾਰੇ ਕਲਾਕਾਰਾਂ ਨੂੰ ਅਸੀਂ ਆਲਰੇਡੀ ਮੌਕਾ ਦੇ ਕੇ ਵੇਖ ਲਿਆ, ਔਰ ਜਿਹੜੀ ਉਹਨਾਂ ਦੀ ਇਨਪੁੱਟ ਹੈ ਉਹ ਸਾਰੇ ਲੋਕ ਜਾਣਦੇ. ਇੱਕ ਵਾਰੀ ਮੁੜ ਕੇ ਕਲਾਕਾਰ ਜਿੱਤ ਜਾਂਦਾ ਹੈ ਤਾਂ ਫਿਰ ਉਹ ਲੋਕਾਂ 'ਚ ਵਾਪਸ ਨਹੀਂ ਆਉਂਦੇ. ਉਹ ਸਿਆਣੇ ਕਹਿੰਦੇ ਜਿਸਕਾ ਕਾਮ ਉਸੀ ਕੋ ਸਾਜੇ. ਹੁਣ ਕਿਸਾਨ ਕਲਾਕਾਰ ਨਹੀਂ ਬਣ ਸਕਦਾ, ਔਰ ਕਲਾਕਾਰ ਕਿਸਾਨ ਨਹੀਂ ਬਣ ਸਕਦਾ. ਸੋ ਹਰ ਬੰਦੇ ਦਾ ਆਪਣਾ ਆਪਣਾ ਰੱਬ ਨੇ ਕੰਮ ਦਿੱਤਾ ਹੋਇਆ. ਸੋ ਮੈਨੂੰ ਲੱਗਦਾ ਕਿ ਜਿਹਨੂੰ ਜੋ ਕੰਮ ਦੇਵੇ ਉਹ ਕੰਮ ਕਰਨਾ ਚਾਹੀਦਾ, ਨਹੀਂ ਤਾਂ ਪੰਜਾਬ ਅੱਗੇ ਹੀ ਥੱਲੇ ਨੂੰ ਚੱਲਦਾ ਜਾ ਰਿਹਾ ਹੈ. ਚੰਗੇ ਲੋਕ ਚੁਣ ਕੇ ਜਾਣ ਦੇਸ਼ ਦੀ ਲੋਕ ਸਭਾ ਦੇ ਵਿੱਚ, ਤੇ ਉਹ ਪੰਜਾਬ ਦੇ ਮੁੱਦਿਆਂ ਦੀ ਰਾਖੀ ਕਰਨ ਤੇ ਉਹਨਾਂ ਦੀ ਲੜਾਈ ਕਰਨ. ਇੱਕ ਪਾਰਟੀ ਸਾਗਰ ਦੀ ਵੋਟੀ ਨੂੰ ਟਿਕਟ ਦੇਣ ਨੂੰ ਲਈ ਜਿਹੜੀ ਗੱਲਬਾਤ ਚੱਲ ਰਹੀ ਹੈ ਉਹਦੇ ਬਾਰੇ ਕੀ ਕਹੋਗੇ? ਦੇਖੋ, ਸਾਗਰ ਦੀ ਵੋਟੀ ਨੂੰ ਦੇ ਦਿਓ ਤੇ ਭਾਵੇਂ ਸਾਗਰ ਦੇ ਮੁੰਡੇ ਨੂੰ ਦੇ ਦਿਓ, ਗੱਲ ਫੈਸਲਾ ਤਾਂ ਲੋਕਾਂ ਦੇ ਹੱਥ ਵਿੱਚ ਹੈ. ਇਹ ਤਾਂ ਹੰਸਰਾਜ ਹੰਸ ਜੀ ਆ ਗਏ ਹੈ, ਇੱਕ ਅਨਮੋਲ ਜੀ ਆ ਗਏ ਹੈ. ਸੋ ਮੈਨੂੰ ਲੱਗਦਾ ਫਿਰ ਉੱਥੇ ਕੋਈ ਸ਼ੈਣੇ ਤੇ ਉਹ ਇੱਧਰਲਾ ਕੁਛ ਤਾਂ ਖੜਕਾਉਣ ਨਹੀਂ ਜਾਣਾ. ਸੋ ਮੇਰੀ ਇਹ ਬੇਨਤੀ ਹੈ ਕਿ ਕੋਈ ਆ ਜਾਏ, ਲੇਕਿਨ ਇਸ ਵਾਰੀ ਲੋਕਾਂ ਨੇ ਮੂੰਹ ਤੋੜ ਜਵਾਬ ਦੇਣਾ ਹੈ. ਖਾਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਇੱਧਰੋਂ ਆਏ, ਇੱਧਰ ਜਾਵੜੇ, ਇੱਧਰੋਂ ਆ ਗਏ, ਇੱਧਰ ਜਾਵੜੇ, ਰਾਤ ਨੂੰ ਹੀ ਉਹ ਲੀਡਰ ਬਣ ਗਏ. ਸੋ ਮੈਨੂੰ ਲੱਗਦਾ ਕਿ ਜੋ ਮਰਜ਼ੀ ਆ ਜਾਏ, ਲੋਕ ਚੰਗੇ ਲੋਕਾਂ ਨੂੰ, ਜਿਹੜੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਪਾਰਟੀ ਲੜਾਈ ਲੜ ਸਕੇ ਦੇਸ਼ ਦੇ ਅੰਦਰ, ਉਹਨਾਂ ਲੋਕਾਂ ਨੂੰ ਮੌਕਾ ਦੇ. ਦੇਖੋ ਜੀ, ਹਰ ਪਾਰਟੀ ਨੂੰ ਹੱਕ ਹੈ ਜਿਹਨੂੰ ਮਰਜ਼ੀ ਖੜਾ ਕਰਨ, ਪਰ ਜਿੱਥੋਂ ਤੱਕ ਸਵਾਲ ਕਲਾਕਾਰਾਂ ਦਾ, ਬਹੁਤ ਸਾਰੇ ਕਲਾਕਾਰਾਂ ਨੂੰ ਅਸੀਂ ਆਲਰੇਡੀ ਮੌਕਾ ਦੇ ਕੇ ਵੇਖ ਲਿਆ, ਔਰ ਜਿਹੜੀ ਉਹਨਾਂ ਦੀ ਇਨਪੁੱਟ ਹੈ ਉਹ ਸਾਰੇ ਲੋਕ ਜਾਣਦੇ. ਇੱਕ ਵਾਰੀ ਮੁੜ ਕੇ ਕਲਾਕਾਰ ਜਿੱਤ ਜਾਂਦਾ ਹੈ ਤਾਂ ਫਿਰ ਉਹ ਲੋਕਾਂ 'ਚ ਵਾਪਸ ਨਹੀਂ ਆਉਂਦੇ. ਉਹ ਸਿਆਣੇ ਕਹਿੰਦੇ ਜਿਸਕਾ ਕਾਮ ਉਸੀ ਕੋ ਸਾਜੇ. ਹੁਣ ਕਿਸਾਨ ਕਲਾਕਾਰ ਨਹੀਂ ਬਣ ਸਕਦਾ, ਔਰ ਕਲਾਕਾਰ ਕਿਸਾਨ ਨਹੀਂ ਬਣ ਸਕਦਾ. ਸੋ ਹਰ ਬੰਦੇ ਦਾ ਆਪਣਾ ਆਪਣਾ ਰੱਬ ਨੇ ਕੰਮ ਦਿੱਤਾ ਹੋਇਆ. ਸੋ ਮੈਨੂੰ ਲੱਗਦਾ ਕਿ ਜਿਹਨੂੰ ਜੋ ਕੰਮ ਦੇਵੇ ਉਹ ਕੰਮ ਕਰਨਾ ਚਾਹੀਦਾ, ਨਹੀਂ ਤਾਂ ਪੰਜਾਬ ਅੱਗੇ ਹੀ ਥੱਲੇ ਨੂੰ ਚੱਲਦਾ ਜਾ ਰਿਹਾ ਹੈ. ਚੰਗੇ ਲੋਕ ਚੁਣ ਕੇ ਜਾਣ ਦੇਸ਼ ਦੀ ਲੋਕ ਸਭਾ ਦੇ ਵਿੱਚ, ਤੇ ਉਹ ਪੰਜਾਬ ਦੇ ਮੁੱਦਿਆਂ ਦੀ ਰਾਖੀ ਕਰਨ ਤੇ ਉਹਨਾਂ ਦੀ ਲੜਾਈ ਕਰਨ. ਇੱਕ ਪਾਰਟੀ ਸਾਗਰ ਦੀ ਵੋਟੀ ਨੂੰ ਟਿਕਟ ਦੇਣ ਨੂੰ ਲਈ ਜਿਹੜੀ ਗੱਲਬਾਤ ਚੱਲ ਰਹੀ ਹੈ ਉਹਦੇ ਬਾਰੇ ਕੀ ਕਹੋਗੇ? ਦੇਖੋ, ਸਾਗਰ ਦੀ ਵੋਟੀ ਨੂੰ ਦੇ ਦਿਓ ਤੇ ਭਾਵੇਂ ਸਾਗਰ ਦੇ ਮੁੰਡੇ ਨੂੰ ਦੇ ਦਿਓ, ਗੱਲ ਫੈਸਲਾ ਤਾਂ ਲੋਕਾਂ ਦੇ ਹੱਥ ਵਿੱਚ ਹੈ. ਇਹ ਤਾਂ ਹੰਸਰਾਜ ਹੰਸ ਜੀ ਆ ਗਏ ਹੈ, ਇੱਕ ਅਨਮੋਲ ਜੀ ਆ ਗਏ ਹੈ. ਸੋ ਮੈਨੂੰ ਲੱਗਦਾ ਫਿਰ ਉੱਥੇ ਕੋਈ ਸ਼ੈਣੇ ਤੇ ਉਹ ਇੱਧਰਲਾ ਕੁਛ ਤਾਂ ਖੜਕਾਉਣ ਨਹੀਂ ਜਾਣਾ. ਸੋ ਮੇਰੀ ਇਹ ਬੇਨਤੀ ਹੈ ਕਿ ਕੋਈ ਆ ਜਾਏ, ਲੇਕਿਨ ਇਸ ਵਾਰੀ ਲੋਕਾਂ ਨੇ ਮੂੰਹ ਤੋੜ ਜਵਾਬ ਦੇਣਾ ਹੈ. ਖਾਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਇੱਧਰੋਂ ਆਏ, ਇੱਧਰ ਜਾਵੜੇ, ਇੱਧਰੋਂ ਆ ਗਏ, ਇੱਧਰ ਜਾਵੜੇ, ਰਾਤ ਨੂੰ ਹੀ ਉਹ ਲੀਡਰ ਬਣ ਗਏ. ਸੋ ਮੈਨੂੰ ਲੱਗਦਾ ਕਿ ਜੋ ਮਰਜ਼ੀ ਆ ਜਾਏ, ਲੋਕ ਚੰਗੇ ਲੋਕਾਂ ਨੂੰ, ਜਿਹੜੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਪਾਰਟੀ ਲੜਾਈ ਲੜ ਸਕੇ ਦੇਸ਼ ਦੇ ਅੰਦਰ, ਉਹਨਾਂ ਲੋਕਾਂ ਨੂੰ ਮੌਕਾ ਦੇ.